ਦੋਸਤੋ ਕੱਲ ਤੁਸੀਂ ਵੀਡੀਓ ਦੇਖੀ ਹੋਣੀ ਆ ਆਪਣੇ ਚੈਨਲ ਤੇ ਜੋ ਮੈਂ ਪਾਈ ਸੀ ਬਹੁਤ ਅਰਜੈਂਟ ਨਿਊਜ਼ ਆਹੇ ਕਿ ਬਾਬਾ ਜੀ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਪਣੇ ਹੀ ਕੁਝ ਸੇਵਾਦਾਰ ਵੱਲੋਂ ਜਾਂ ਸੈਕਟਰੀਆਂ ਵੱਲੋਂ ਤੇ ਕੁਝ ਪਾਰਟੀ ਦੇ ਸਪੋਰਟਰਸ ਵੱਲੋਂ ਉਸ ਵੀਡੀਓ ਤੋਂ ਬਾਅਦ ਵੀ ਮੈਨੂੰ ਮੈਸੇਜ ਆਏ ਕਿ ਕਈ ਜਗ੍ਹਾ ਇਹ ਹੋ ਰਿਹਾ ਵਾ ਤੁਹਾਨੂੰ ਦੱਸ ਦਵਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਈ ਸੇਵਾਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਵਾ ਤੇ ਕੁਝ ਸੈਕਰੀਟੀਆਂ ਵੱਲੋਂ ਵੀ ਕੀ ਕਿਸੇ ਖਾਸ ਪਾਰਟੀ ਨੂੰ ਵੋਟ ਪਾਉਣੀ ਹੈ ਉਹ ਇਹ ਕਹਿ ਰਹੇ ਨੇ ਕਿ ਇਹ ਗੱਲ ਅੱਬਾ ਜੀ ਨੇ ਕਹੀ ਹੈ ਪਰ ਬਾਬਾ ਜੀ ਨੇ ਦੋਸਤੋਂ ਕੀ ਕਿਹਾ ਵਾ ਇਹ ਸਾਨੂੰ ਸਾਰਿਆਂ ਨੂੰ ਪਤਾ ਵਾ ਜੋ ਡੇਰਾ ਬਿਆਸ ਵਿੱਚ Satsang ਹੋਇਆ ਸੀ ਉਸ ਦੇ ਐਂਡ ਵਿੱਚ ਬਾਬਾ ਜੀ ਨੇ ਕਿਹਾ ਸੀ ਕਿ ਸੰਗਤ ਆਪਣੀ ਇੱਛਾ ਦੇ ਅਨੁਸਾਰ ਮਰਜ਼ੀ ਦੇ ਅਨੁਸਾਰ ਕਿਸੇ ਨੂੰ ਵੀ ਵੋਟ ਪਾ ਸਕਦੀ ਹੈ ਬਾਬਾ ਜੀ ਦੇ ਲਈ ਸਾਰੀਆਂ ਪਾਰਟੀਆਂ ਇੱਕ ਸਮਾਨ ਹਨ ਲੇਕਿਨ ਦੋਸਤੋਂ ਕੁਝ ਲੋਕ ਬਾਬਾ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਏ ਤੁਸੀਂ ਸਕਰੀਨਸ਼ਾਟ ਵੀ ਦੇ ਸਕਦੇ ਹੋ ਜੋ ਮੈਨੂੰ ਮੈਸੇਜ ਆਇਆ ਏ ਇਹ ਤੁਹਾਨੂੰ ਮੈਂ ਪੜ੍ਹ ਕੇ ਵੀ ਸੁਣਾਉਂਗਾ ਪਹਿਲਾਂ ਇਹ ਦੱਸ ਦਵਾਂ ਕਿ ਇਹ ਕਿੱਥੇ ਕਿੱਥੇ ਦੀ ਨਿਊਜ਼ ਆ ਹੁਸ਼ਿਆਰਪੁਰ ਚ ਵੀ ਆਹੀ ਕੁਝ ਹੋ ਰਿਹਾ ਵਾ ਉੱਥੇ ਇੱਕ ਮੀਟਿੰਗ ਹੋਈ ਏ ਤੇ ਡਿਊਰਿੰਗ ਮੀਟਿੰਗ ਉਹਨਾਂ ਨੂੰ ਇਹ ਦੱਸਿਆ ਗਿਆ ਵਾ ਕਿ ਕਿਸੇ ਖਾਸ ਪਾਰਟੀ ਨੂੰ ਵੋਟ ਪਾਉਣੀ ਏ ਤੇ ਇਹ ਵੀ ਕਿਹਾ ਗਿਆ ਵਾ ਕਿ ਇਹ ਗੱਲ ਬਾਬਾ ਜੀ ਨੇ ਕਹੀ ਏ ਪਰ ਇਹ ਗੱਲ ਦੋਸਤੋ ਬਿਲਕੁਲ ਗਲਤ ਆ ਐਦਾਂ ਦਾ ਕੁਝ ਨਹੀਂ ਕਿਸੇ ਉੱਤੇ ਵਿਸ਼ਵਾਸ ਨਾ ਕੀਤਾ ਜਾਵੇ ਮੋਗੇ ਵਿੱਚ ਵੀ ਦੋਸਤੋ ਆਹੀ ਗੱਲ ਹੋਈ ਹੈ ਉੱਥੇ ਵੀ ਇੱਕ ਮੀਟਿੰਗ ਰੱਖੀ ਗਈ ਸੈਕਟਰੀਆਂ ਵੱਲੋਂ ਤੇ ਉੱਥੇ ਵੀ ਆਹੀ ਗੱਲ ਦੱਸੀ ਗਈ ਕਿ ਬਾਬਾ ਜੀ ਨੇ ਕਿਹਾ ਵੀ ਇਹ ਪਾਰਟੀ ਨੂੰ ਜਾਂ ਇਹ ਪਾਰਟੀ ਨੂੰ ਵੋਟ ਪਾਉਣੀ ਹੈ ਉੱਥੇ ਇਹ ਵੀ ਕਿਹਾ ਗਿਆ ਵਾ ਕਿ ਕੋਈ ਫਲਾਣੇ ਲੀਡਰ ਨੇ ਬਾਬਾ ਜੀ ਦੀ ਕਿਸੇ ਕੰਮ ਵਿੱਚ ਹੈਲਪ ਕੀਤੀ ਸੀ ਤਾਂ ਕਰਕੇ ਉਦਾਂ ਹੀ ਦੋਸਤੋ ਦਸੂਹਾ ਵੱਲ ਵੀ ਆਹੀ ਕੁਝ ਹੋਇਆ ਉੱਥੇ ਵੀ ਆਹੀ ਗੱਲ ਕਹੀ ਗਈ ਕਿ ਕਿਸੇ ਖਾਸ ਪਾਰਟੀ ਨੂੰ ਵੋਟ ਪਾਉਣੀ ਹੈ ਗੁਰਦਾਸਪੁਰ ਵੱਲ ਵੀ ਆਈ ਹੋਇਆ ਉੱਥੇ ਵੀ ਮੀਟਿੰਗ ਸੱਦੀ ਗਈ ਗੁਰਦਾਸਪੁਰ ਦੇ ਅੰਦਰ ਜਿੰਨੇ ਵੀ ਸੈਂਟਰ ਹੁੰਦੇ ਨੇ ਉੱਥੇ ਕਿਸੇ ਹੋਰ ਪਾਰਟੀ ਬਾਰੇ ਦੱਸਿਆ ਗਿਆ ਕੀ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ ਆ ਬਾਬਾ ਜੀ ਨੇ ਐਦਾਂ ਕਿਹਾ ਪਰ ਫਿਰ ਦੋਸਤੋ ਇਹ ਬਿਲਕੁਲ ਗਲਤ ਆ ਵਿਸ਼ਵਾਸ ਨਾ ਕੀਤਾ ਜਾਵੇ ਮੈਂ ਕਿਸੇ ਪਾਰਟੀ ਦਾ ਨਾਮ ਤਾਂ ਨਹੀਂ ਲਵਾਂਗਾ ਪਰ ਕਿਤੇ ਦੂਜੀ ਪਾਰਟੀ ਨੂੰ ਕਹਿ ਰਹੇ ਨੇ ਕਿਤੇ ਦੂਜੀ ਪਾਰਟੀ ਨੂੰ ਜਲੰਧਰ ਵੱਲ ਵੀ ਦੋਸਤੋ ਆਈ ਹੋਇਆ ਇਹ ਵੀ ਗੱਲ ਸੁਣਨ ਚਾਹੀਏ ਤੇ ਪੰਚਗੂਲਾ ਵੱਲ ਵੀ ਦੋਸਤੋ ਆਈ ਹੋਇਆ ਉੱਥੇ ਵੀ ਕਿਸੇ ਵੀਰ ਦਾ ਮੈਨੂੰ ਮੈਸੇਜ ਆਇਆ ਪੰਚਕੁਲਾ ਸੈਂਟਰ 2 ਉਦਾਂ ਹੀ ਹੋਰ ਵੀ ਕਈ ਸੈਂਟਰਾਂ ਵਿੱਚ ਆਹੀ ਕੁਝ ਹੋ ਰਿਹਾ ਵਾ ਤਾਂ ਮੈਂ ਡੇਰਾ ਬਿਆਸ ਦੇ ਸੇਵਾਦਾਰ ਨੂੰ ਕਹੂੰਗਾ ਕੰਸਰਨ ਅਥਾਰਟੀ ਨੂੰ ਕਹੂੰਗਾ ਕਿ ਜਿੰਨੇ ਵੀ ਮੈਂ ਇਹ ਸ਼ਹਿਰਾਂ ਦੇ ਨਾਮ ਗਿਣਾਏ ਨੇ ਇਹ ਸਾਰੇ ਨਾਲ ਇਹਨਾਂ ਦੇ ਸੈਕਟਰੀ ਨਾਲ ਕੰਟੈਕਟ ਕੀਤਾ ਜਾਵੇ ਤੇ ਇਨਕੁਆਇਰੀ ਕੀਤੀ ਜਾਵੇ ਤਾਂ ਦੋਸਤੋ ਆਪਾਂ ਨੇ ਕਿਸੇ ਵੀ ਗੱਲ ਉੱਤੇ ਯਕੀਨ ਨਹੀਂ ਕਰਨਾ ਡੇਰਾ ਬਿਆਸ ਦੇ ਵੀ ਕੁਝ ਸੇਵਾਦਾਰ ਮੇਰੇ ਕੰਟੈਕਟ ਵਿੱਚ ਹੈਗੇ ਆ ਉਹਨਾਂ ਨੇ ਵੀ ਆਹੀ ਗੱਲ ਕਹੀ ਆ ਕਿ ਇਹ ਸਾਰੀ ਫੇਕ ਨਿਊਜ਼ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਸੇ ਉੱਤੇ ਯਕੀਨ ਨਾ ਕਰੋ ਸਿਰਫ ਬਾਬਾ ਜੀ ਦੀ ਗੱਲ ਸੁਣੋ ਕਿ ਬਾਬਾ ਜੀ ਨੇ ਕੀ ਕਿਹਾ ਵਾ ਸਾਨੂੰ ਉਹ ਮੈਸੇਜ ਵੀ ਮੈਂ ਤੁਹਾਨੂੰ ਦਿਖਾ ਦਿਨਾ ਇੱਥੇ ਕਿ ਸੰਗਤ ਆਪਣੀ ਇੱਛਾ ਦੇ ਅਨੁਸਾਰ ਮਰਜ਼ੀ ਦੇ ਅਨੁਸਾਰ ਵੋਟ ਪਾਵੇ ਕਿਤੇ ਵੀ ਤੇ ਦੋਸਤੋਂ ਕਈ ਜਗ੍ਹਾ ਇਹ ਵੀ ਸੁਣਨ ਚਾਇਆ ਵਾ ਕਿ ਉਹ ਕਹਿੰਦੇ ਨੇ ਕਿ ਸਾਨੂੰ ਬਿਆਸ ਤੋਂ ਫੋਨ ਆਇਆ ਤਾਂ ਇਸ ਗੱਲ ਉੱਤੇ ਵੀ ਯਕੀਨ ਨਾ ਕੀਤਾ ਜਾਵੇ ਇਹ ਮੈਸੇਜ ਤੁਸੀਂ ਦੇਖ ਸਕਦੇ ਹੋ ਜੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਵਾ ਸੰਗਤ ਨੂੰ ਅਪੀਲ ਹੈ ਜੇ ਸੰਗਤ ਨੂੰ ਸਤਸੰਗ ਘਰ ਤੋਂ ਜਾਂ ਕਿਸੇ ਜਥੇਦਾਰ ਦੀ ਫੋਨ ਕਾਲ ਆਉਂਦੀ ਹੈ ਕਿ ਬਾਬਾ ਜੀ ਦਾ ਹੁਕਮ ਆਇਆ ਹੈ ਕਿ ਵੋਟ ਕਿਸੇ ਸਪੈਸਿਫਿਕ ਪਾਰਟੀ ਨੂੰ ਪਾਉਣੀ ਹੈ ਤਾਂ ਕਿਰਪਾ ਕਰਕੇ ਕਾਲ ਰਿਕਾਰਡ ਕੀਤੀ ਜਾਵੇ ਤਾਂ ਜੋ ਡੇਰੇ ਭੇਜੀ ਜਾ ਸਕੇ ਤਾਂ ਜੋ ਉਸ ਬੰਦੇ ਖਿਲਾਫ ਐਕਸ਼ਨ ਲਿਆ ਜਾ ਸਕੇ ਇਸ ਨਾਲ ਡੇਰੇ ਦੀ ਛਵੀ ਖਰਾਬ ਹੁੰਦੀ ਹੈ ਬਾਬਾ ਜੀ ਪਹਿਲਾਂ ਹੀ ਸਟੇਜ ਤੋਂ ਹੁਕਮ ਕਰ ਚੁੱਕੇ ਨੇ ਕਿ ਆਪਣੀ ਵੋਟ ਆਪਣੀ ਸਮਝ ਮੁਤਾਬਿਕ ਪਾਓ ਡੇਰੇ ਦਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਤਾਂ ਦੋਸਤੋ ਇਹ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਤੇ ਦੋਸਤੋ ਹੁਣ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਰਿਸਪਾਂਸਿਬਿਲਟੀ ਹੈ ਕਿ ਆਪਾਂ ਇਹ ਨਿਊਜ਼ ਨੂੰ ਇਹ ਵੀਡੀਓ ਨੂੰ ਸਾਰਿਆਂ ਤੱਕ ਪਹੁੰਚਾਈਏ ਸ਼ੇਅਰ ਕਰੀਏ ਤਾਂ ਜੋ ਸਾਰੇ ਸਾਰੀ ਸੰਗਤ ਅਵੇਅਰ ਹੋ ਸਕੇ ਆਪਣੇ ਐਂਡ ਤੋਂ ਆਪਾਂ ਕੁਝ ਕਰੀਏ ਜਿਹੜੇ ਸੇਵਾਦਾਰ ਵੀਰ ਦੇਖ ਰਹੇ ਨੇ ਉਹ ਅੱਗੇ ਆਪਣੇ ਹੈਡ ਨੂੰ ਇਹ ਵੀਡੀਓ ਭੇਜਨ ਤੇ ਇਹ ਗੱਲ ਖੁਦ ਉਹਨਾਂ ਨੂੰ ਜਾ ਕੇ ਦੱਸਣ ਕਿ ਐਦਾਂ ਹੋ ਰਿਹਾ ਵਾ ਤਾਂ ਜੋ ਇਹ ਜੇ ਬੰਦਿਆਂ ਦੇ ਖਿਲਾਫ ਐਕਸ਼ਨ ਲਿਆ ਜਾ ਸਕੇ ਹਰੇਕ ਗਰੁੱਪ ਵਿੱਚ ਇਹ ਵੀਡੀਓ ਪਹੁੰਚਾਈ ਜਾਵੇ ਕਿਉਂਕਿ ਦੋਸਤੋ ਖੁਦ ਸੋਚੋ ਬਾਬਾ ਜੀ ਦੇ ਨਾਮ ਐਦਾਂ ਬਦਨਾਮ ਹੋ ਰਿਹਾ ਵਾ ਸੰਗਤ ਕੀ ਸੋਚੂਗੀ ਜਿਹੜੀ ਸੰਗਤ ਨੂੰ ਨਹੀਂ ਪਤਾ ਜਿਹੜੀ ਸੰਗਤ ਇੱਕ ਦੂਜੇ ਉੱਤੇ ਯਕੀਨ ਕਰ ਲਿੰਦੀ ਹੈ ਇਹ ਜੇ ਕੁਝ ਸੇਵਾਦਾਰਾਂ ਉੱਤੇ ਜਾਂ ਸੈਕਟਰੀਆਂ ਉੱਤੇ ਉਹ ਸੰਗਤ ਕੀ ਸੋਚੂਗੀ ਕਿ ਬਾਬਾ ਜੀ ਨੇ ਇਹ ਕਿਹਾ ਵਾ ਤਾਂ ਕਰਕੇ ਹਰੇਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਗੱਲ ਅੱਗੇ ਤੱਕ ਪਹੁੰਚਾਓ ਤਾਂ ਕਿ ਇਹ ਜੇ ਕੁਝ ਬੰਦਿਆਂ ਨੂੰ ਨੱਥ ਪਾਈ ਜਾਵੇ ਇਹ ਜੇ ਬੰਦਿਆਂ ਨੂੰ ਫੜਿਆ ਜਾਵੇ ਚਾਹੇ ਕੋਈ ਐਦਾਂ ਦਾ ਸੇਵਾਦਾਰ ਆ ਚਾਹੇ ਕੋਈ ਸੈਕਟਰੀ ਆ ਤੇ ਦੋਸਤੋ ਮੈਂ ਵੀ ਆਪਣੇ ਵੱਲੋਂ ਇਨਕੁਆਇਰੀ ਕੱਲ ਦਾ ਕਰ ਰਿਹਾ ਵਾ ਕੁਝ ਸੇਵਾਦਾਰ ਮੇਰੇ ਕੰਟੈਕਟ ਵਿੱਚ ਵੀ ਹੈਗੇ ਨੇ ਪਰ ਤੁਸੀਂ ਵੀ ਆਪਣਾ ਯੋਗਦਾਨ ਦਿਵੋ ਤੇ ਦੋਸਤੋ ਮੈਂ ਹੁਣ ਮੇਲ ਵੀ ਪਾਉਂਗਾ ਤੇ ਕਿਹਨੂੰ ਪਾਉਂਗਾ ਇਹ ਅਜੇ ਨਹੀਂ ਦੱਸਣਾ ਬਹੁਤ ਹੈਡ ਤੇ ਕੰਸਰਨ ਬੰਦੇ ਨੇ